फ्रंटलाइन पंजाब ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਤੁਹਾਡੇ ਲਈ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਰਹੇ ਹਾਂ। ਪੰਜਾਬ ਕਾਂਗਰਸ ਦਾ ਅਨਰੂਨੀ ਕਲੇਸ਼ ਖਤੋਂ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਹੁਣ ਪ੍ਰਤਾਪ ਬਾਜਵਾ ਵੱਲੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਤਾਪ ਬਾਜਵਾ ਨੇ ਕੈਪਟਨ ਨਮਿੰਦਰ ਸਿੰਘ ਨੂੰ ਚੇਤਾਵਨੀ ਦੇ ਦਿੱਤੀ ਹੈ ਤੇ 45 ਦਿਨ ਦਾ ਅਲਟੀਮੇਟਮ ਦਿੱਤਾ ਹੈ। ਕਾਂਗਰਸ ਦੇ ਰਾਸ਼ਵਾਬ ਮੈਂਬਰ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਤਕਾਲੀ ਮਸਲੇ ਤੇ ਬੋਲਦੇ ਹੋਏ ਪੰਜਾਬ ਦੀ ਕੈਪ ਨਨ ਅਮਰਿੰਦਰ ਸਿੰਘ ਸਰਕਾਰ ਨੂੰ 45 ਦਿਨਾਂ ਦਾ ਆਲਟੀਮੇਟਮ ਦਿੱਤਾ ਹੈ ਬਾਜਵਾ ਨੇ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਤੋਂ ਇਨਕਾਰ ਕਰਦੇ ਹੋਏ ਆਖਿਆ ਕਿ ਕਾਂਗਰਸ ਦੇ ਉਹੀ ਲੀਡਰ ਇਕੱਠੇ ਹੋਏ ਹਨ ਜਿਹੜੇ ਗੁਰੂ ਘਰ ਤੇ ਪੰਜਾਬ ਦੀ ਗੱਲ ਕਰਦੇ ਹਨ ਬਾਜਵਾਨ ਨੇ ਕਿਹਾ ਜੇਕਰ 45 ਦਿਨਾਂ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਕੋਈ ਫੈਸਲਾ ਲੈ ਲੈਂਦੇ ਹਨ ਤਾਂ ਠੀਕ ਹੈ ਜੇਕਰ ਫੈਸਲਾ ਨਹੀਂ ਲੈਂਦੇ ਤਾਂ ਉਹਨਾਂ ਦੀ ਲੜਾਈ ਆਜ਼ਾਦ ਅਤੇ ਖੁੱਲੇ ਤੌਰ ਤੇ ਹੋਵੇਗੀ ਬਾਜਵਾਨ ਨੇ ਕਿਹਾ ਕਿ ਚੋਣਵਾਦਿਆਂ ਵਿੱਚ 19 21 ਹੋ ਸਕਦੀ ਹੈ ਪਰ ਗੁਰੂ ਘਰ ਨਾਲ ਕੀਤਾ ਵਾਅਦਾ ਪੂਰਾ ਕਰਨਾ ਹੀ ਪਵੇਗਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ 2017 ਦੀਆਂ ਚੋਣਾਂ ਦੌਰਾਨ ਹੱਥ 'ਚ ਗੁਟਕਾ ਸੇ ਫੜ ਕੇ ਸੌਖਾਦੀ ਸੀ ਕਿ ਬਿਆਦਵੀ ਦੇ ਦੋਸ਼ੀਆਂ ਤੇ ਨਸ਼ਾ ਸਦਾਗਰਾਂ ਨੂੰ ਬੇਪਰਦਾ ਕਰਕੇ ਅੰਦਰ ਕੀਤਾ ਜਾਵੇਗਾ ਨਾ ਤਾਂ ਬਿਆਦਵੀ ਦੇ ਦੋਸ਼ੀਆਂ ਤੇ ਕਾਰਵਾਈ ਹੋਈ ਅਤੇ ਨਾ ਹੀ ਨਸ਼ੇ ਦੇ ਅਸਲ ਸਦਾਗਰ ਫੜੇ ਗਏ ਉਹਨਾਂ ਕਿਹਾ ਕਿ ਨਸ਼ ਪਾਰੇ ਦੋ ਵੱਡੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਉਹਨਾਂ ਕਿਹਾ ਕਿ ਲੋਕਾਂ ਦੀ ਕਚਹਿਰੀ ਵਿੱਚ ਜਾਣ ਲਈ ਪੰਜਾਬ ਕਾਂਗਰਸ ਦੇ ਮੰਤਰੀ ਐਮਪੀ ਅਤੇ ਵਿਧਾਇਕ ਇਕੱਠੇ ਹੋਏ ਹਨ। ਬਾਜਵਾ ਨੇ ਕਿਹਾ ਕਿ ਉਹਨਾਂ ਦੀ ਹਾਈ ਕਮਾਂਡ ਨਾਲ ਵੀ ਇਸ ਸਾਰੇ ਮਸਲੇ ਤੇ ਗੱਲਬਾਤ ਹੋਈ ਹੈ। ਉਹਨਾਂ ਕਿਹਾ ਕਿ ਹਾਈ ਕਮਾਂਡ ਨੂੰ ਚਾਹੀਦਾ ਹੈ ਕਿ ਪੰਜਾਬ ਕਾਂਗਰਸ ਦੇ ਸਾਰੇ ਆਗੂ ਨੂੰ ਇਕੱਠਾ ਕਰਕੇ ਗੱਲਬਾਤ ਕੀਤੀ ਜਾਵੇ। ਉਹਨਾਂ ਦੀ رائے ਲੈਣ ਤੋਂ ਬਾਅਦ ਹੀ ਨਿਚੋੜ ਕੱਢਿਆ ਜਾਵੇ ਅਤੇ ਸੇ ਇਸੇ ਆਧਾਰ ਤੇ ਹੀ ਕੋਈ ਫੈਸਲਾ ਲਿਆ ਜਾਵੇ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਸਗੋ ਗਵਰਨਰ ਰਾਜ ਹੈ ਉਹਨਾਂ ਕਿਹਾ ਕਿ ਪੰਜਾਬ ਦਾ ਡੀਜੀਪੀ ਸੈਂਟਰ ਨੇ ਲਗਾਇਆ ਹੈ ਐਡਵੋਕੇਟ ਜਨਰਲ ਇਹਨਾਂ ਦਾ ਦੋਸਤ ਹੈ ਜੋ ਅਜੇ ਤੱਕ ਇੱਕ ਵੀ ਕੇਸ ਨਹੀਂ ਜਿੱਤ ਸਕਿਆ ਜਦ ਕਿ ਰਿਟਾਇਰਡ ਬਿਊਰੋਕ੍ਰੇਟ ਪੰਜਾਬ ਨੂੰ ਚਲਾ ਰਿਹਾ ਹੈ ਤਾਂ ਦੋਸਤੋ ਵੱਡੀ ਖਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਝਗਨੂ 45 ਦਿਨ ਦਾ ਅਲਟੀਮੇਟਮ ਦਿੱਤਾ ਹੈ ਤੁਸੀਂ ਆਪਣੇ ਵਿਚਾਰ ਇਸ ਖਬਰ ਬਾਰੇ ਕਮੈਂਟ ਬਾਕਸ ਵਿੱਚ ਜਰੂਰ ਰੱਖੋ ਜਲਦੀ ਮਿਲਾਂਗੇ ਨਵੀਂ ਤੇ ਤਾਜ਼ਾ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ